ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੇ ਨੂੰ ਕਿਤੇ ਤੁਹਾਡਾ ਸਾਰਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਫਰੈਂਚ ਫਰਾਈਜ਼। 3 ਮੈਂ ਆਲੂ ਲਏ ਹੋਇਆ, ਇਹਨਾਂ ਨੂੰ ਛਿਲ ਕੇ ਧੋ ਲਿਆ ਆ, ਅਤੇ ਆਪਾਂ ਜਿਹੜੇ ਕੱਟਾਂਗੇ ਫਿਰ ਵੀ ਆਪਾਂ ਫਿਰ 1-2 ਦਿਨ ਪਾਣੀਆਂ 'ਚ ਧੋ ਲਵਾਂਗੇ। ਹੁਣ ਆਪਾਂ ਇਹ ਵਿੱਚ ਇਹਨੂੰ ਕੱਟ ਲਗਾਉਣੇ ਆ। ਆਪਾਂ ਇਹ 3 ਡਿਵਾਈਡ ਵਿੱਚ ਭਾਗ ਵਿੱਚ ਕਰ ਦਿੱਤਾ ਗਿਆ ਆ, ਅਤੇ ਹੁਣ ਆਪਾਂ ਲੰਬੇ ਲੰਬੇ ਕੱਟ ਲਗਾਵਾਂਗੇ। ਬਿਲਕੁਲ ਇਸ ਤਰੀਕੇ ਨਾਲ, ਆਹ ਦੇਖੋ, ਤਾਂ ਦੇਖੋ ਮੈਂ 3 ਆਲੂ ਕੱਟ ਲਏ ਆ, ਲੰਬੇ ਲੰਬੇ ਪਤਲੇ ਪਤਲੇ ਸਲਾਈਸ ਕਰ ਲਏ ਆ। ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਧੋਵਾਂਗੇ, ਅਤੇ ਫਿਰ ਬਾਅਦ 'ਚ ਆਪਾਂ ਠੰਡੇ ਪਾਣੀ 'ਚ ਧੋਵਾਂਗੇ ਇਹਨਾਂ ਨੂੰ। ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣੇ, ਜਿਹੜਾ ਕਿ ਇਹਦਾ ਸਟਾਰਚ ਆ ਉਹ ਨਿਕਲ ਜਾਵੇ ਅਤੇ ਪਾਣੀ ਬਿਲਕੁਲ ਵਾਈਟ ਹੋ ਜਾਵੇ। 3-4 ਪਾਣੀਆਂ 'ਚ ਧੋ ਲੈਣਾ ਆ, ਅਤੇ ਬਾਅਦ 'ਚ ਆਪਾਂ ਬਰਫ ਵਾਲੇ ਪਾਣੀ 'ਚ ਪਾਵਾਂਗੇ ਇਹਨਾਂ ਨੂੰ। ਹੁਣ ਮੈਂ ਆਹ ਠੰਡਾ ਪਾਣੀ ਪਾਉਣ ਲੱਗੀ ਹਾਂ, ਬਿਲਕੁਲ ਬਹੁਤ ਹੀ ਇਹਦੇ ਵਿੱਚ ਪਾਵਾਂਗੇ, ਬਹੁਤ ਠੰਡਾ ਪਾਣੀ ਆ। ਇਹ ਫ੍ਰੀਜ਼ਰ 'ਚੋਂ ਕੱਢ ਕੇ ਲਿਆਈ ਹਾਂ ਮੈਂ। ਐਵੇਂ ਤਾਂ ਸਾਰਾ ਸਟਾਰਚ ਪਾਣੀ ਬਿਲਕੁਲ ਵਾਈਟ ਹੋ ਗਿਆ ਆਪਣਾ, ਅਤੇ ਹੁਣ ਆਪਾਂ ਇੱਕ ਆਪਾਂ ਕੱਪੜੇ 'ਚ ਇੱਦਾਂ ਕੱਢ ਲਵਾਂਗੇ, ਪਰਾਤ ਦੇ ਵਿੱਚ ਜਾਂ ਪਲੇਟ ਦੇ ਵਿੱਚ, ਅਤੇ ਇਕੱਲਾ ਇਕੱਲਾ ਆਪਾਂ ਇਹਨਾਂ ਨੂੰ ਨਚੋੜ ਕੇ ਸਾਫ਼ ਕਰ ਲਵਾਂਗੇ। ਤੁਸੀਂ ਸੁਕਾ ਵੀ ਸਕਦੇ ਜੋ, ਚੰਗੀ ਤਰ੍ਹਾਂ ਪੂੰਝ ਲੈਣਾ ਆਪਾਂ ਲਵਾਂ, ਜਿਹੜਾ ਇਹਨਾਂ ਦਾ ਪਾਣੀ ਜਿਹਾ ਸੁੱਕ ਜਾਵੇ ਥੋੜ੍ਹਾ ਜਿਹਾ। ਹੁਣ ਆਪਾਂ ਲੂਣ ਮਿਰਚ ਪਾਵਾਂਗੇ, ਲਾਲ ਮਿਰਚ ਥੋੜ੍ਹੀ ਜਿਹੀ, ਨਮਕ, ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ। ਆਪਾਂ ਅਰਾਰੋਟ ਪਾਵਾਂਗੇ, ਅਰਾਰੋਟ 3 ਚਮਚ ਪਾਵਾਂਗੇ। ਇਹ ਅਰਾਰੋਟ ਦੇ ਨਾਲ ਹੀ ਕਰੰਚੀ ਬਣਨਗੇ ਆਪਣੇ, ਇਹ ਸੀਗਰਟ ਆ, ਇਹ ਇੱਕ ਆਪਣਾ ਵੱਖਰਾ ਪਾਰਟ ਆ, ਅਤੇ ਜੋ ਕਿ ਸੀਗਰੇਟ ਹੈ, ਜੋ ਕਿ ਇਹ ਆਲੂਆਂ ਨੂੰ ਫਰੈਂਚ ਫਰਾਈ ਨੂੰ ਕਰੰਚੀ ਬਣਾਉਂਦਾ ਆ। ਆਪਾਂ ਆਲੂਆਂ ਸਾਰਿਆਂ ਨੂੰ ਮਿਕਸ ਕਰ ਲੈਣਾ ਅਰਾਰੋਟ ਦੇ ਨਾਲ, ਆ ਦੇਖੋ ਆਪਣਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਗਿਆ, ਆ ਦੇਖੋ ਆਪਣਾ ਸਾਰਾ ਹੀ ਰਚ ਗਿਆ ਆ ਅਰਾਰੋਟ। ਅਤੇ ਦੂਸਰੇ ਪਾਸੇ ਮੈਂ ਓਇਲ ਰੱਖਿਆ ਹੋਇਆ ਗਰਮ ਕਰਨ, ਇਹ ਮੈਂ ਸੁਬਹਾ ਹੀ ਕੁਛ ਬਣਾਇਆ ਸੀ ਅਤੇ ਉਹੀ ਓਇਲ ਪਿਆ ਸੀ, ਅਤੇ ਮੈਂ ਚਲੋ ਇਹਦੇ 'ਚ ਹੀ ਆਪਾਂ ਫਰੈਂਚ ਫਰਾਈਜ਼ ਬਣਾ ਲੈਂਦੇ ਹਾਂ। ਸਾਰਾ ਅਰਾਰੋਟ ਵਧੀਆ ਤਰੀਕੇ ਨਾਲ ਲੱਗ ਗਿਆ ਹੋਇਆ ਆਪਣਾ, ਅਤੇ ਓਇਲ ਆਪਣਾ ਗਰਮ ਹੋ ਗਿਆ ਆ, ਅਤੇ ਹੁਣ ਆਪਾਂ ਇੱਕ ਇੱਕ ਕਰਕੇ ਪਾਵਾਂਗੇ। ਇਹ ਬਹੁਤ ਹੀ ਵਧੀਆ ਬਣਦੀ ਹੈ, ਜਿੰਨੇ ਚਿਰ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਚੈਨਲ ਲਾਈਕ ਸਬਸਕ੍ਰਾਈਬ। ਜੇਕਰ ਮੇਰੀ ਵੀਡੀਓ ਵਧੀਆ ਲੱਗਦੀਆਂ ਹੋਣ, ਕਿੰਨੇ ਕਰੰਚੀ ਕਰੰਚੀ ਬਣਨੇ ਜੋ ਇਹਨਾਂ ਨੇ, ਬਹੁਤ ਵਧੀਆ ਬਣ ਕੇ ਸਵਾਦ ਹੁੰਦੇ। ਅੱਜ ਸੰਡੇ ਦੇ ਬੱਚੇ ਕਹਿੰਦੇ ਭਾਈ ਮੰਮਾ ਕੁਛ ਨਾ ਕੁਛ ਬਣਾਓ, ਅਤੇ ਮੈਂ ਚਲੋ ਤੁਹਾਨੂੰ ਅੱਜ ਬਣਾਉਂਦੇ ਹਾਂ।
ਫਰੈਂਚ ਫਰਾਈਜ਼ ਬਣਾ ਕੇ ਖਵਾਉਣੇ ਆ। ਆਪਣੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ, ਕਰਚੀ ਕਰਚੀ ਦੇ ਆ। ਵੇਖੋ ਕਿੰਨੇ ਸੋਹਣੇ ਕਰੰਚੀ ਕਰੰਚੀ ਜੇ ਆਪਣੀ ਆਵਾਜ਼ ਆਉਂਦੀ ਹੈ ਨਾ, ਕਰੰਚੀ ਕਰੰਚੀ ਜੇ ਨਿਕਲਦੇ ਆ। ਇਸੇ ਤਰ੍ਹਾਂ ਹੀ ਆਪਾਂ ਹੁਣ ਦੂਸਰਾ ਬੈਚ ਤਿਆਰ ਕਰਦੇ ਹਾਂ। ਆ ਦੇਖੋ ਆਪਣਾ ਦੂਸਰਾ ਪੂੜ ਵੀ ਕਿੰਨਾ ਕਰੰਚੀ ਕਰੰਚੀ ਜਿਹਾ ਹੋ ਗਿਆ, ਬਹੁਤ ਵਧੀਆ ਬਣ ਕੇ ਤਿਆਰ ਹੋਏ ਆ। ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ। ਉੱਪਰ ਆਪਾਂ ਚਾਟ ਮਸਾਲਾ, ਨਮਕ, ਜੋ ਮਰਜ਼ੀ ਤੁਸੀਂ ਪਾ ਸਕਦੇ ਹੋ, ਮੈਗੀ ਮਸਾਲਾ ਵੀ ਪਾ ਸਕਦੇ ਜੋ। ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਆ ਅਤੇ ਕਰੰਚ ਕਰੰਚ ਵੀ ਬਹੁਤ ਕਰਦੇ ਆ। ਦੇਖੋ ਮਤਲਬ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ। ਜੇਕਰ ਵੀਡੀਓ ਪਸੰਦ ਆਈ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।